ਹੈਲੋ ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਪਿੰਡ ਪੰਜਾਬ ਦੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਹਾਂ ਜੀ ਸਾਰੇ ਠੀਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਲਓ ਜੀ, ਆਪਾਂ ਬਣਾ ਰਹੇ ਹਾਂ ਦੇਗ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਕਿ ਤੁਸੀਂ ਪਿਛਲਾ ਵਲੋਗ ਵੇਖਿਆ ਹੈ ਨਾ, ਪਹਿਲਾਂ ਤਾਂ ਵਲੋਗ ਵੇਖਦੇ ਆ ਰਹੇ ਹੋ, ਆਪਣਾ ਘਰ ਬਣ ਰਿਹਾ ਨਵਾਂ, ਅਤੇ ਅੱਜ ਕੱਲ੍ਹ ਆ ਜਿਹੜੀ ਉਹਦੀ ਮਾਰਕਿੰਗ ਹੋ ਗਈ ਹੈ। ਮਾਰਕਿੰਗ ਹੀ ਬੋਲਦੇ ਨੇ, ਮਤਲਬ ਕਿ ਕਲੀ ਪੈ ਗਈ ਹੈ। ਅੱਜ ਨਿਓਂ ਪੱਟ ਰਹੇ ਨੇ ਅਤੇ ਅੱਜ ਨੀਂਹ ਧਰਨਗੇ, ਨਿਓਂ ਵੱਟ ਰਹੇ ਤਾਂ ਨੀਂਹ ਧਰਨਗੇ, ਕਿਉਂਕਿ ਜੀ ਕਈ ਵਾਰ ਮੈਨੂੰ ਕਮੈਂਟ ਆਇਆ ਹੁੰਦਾ ਤੁਸੀਂ ਨਿਓਂ ਕਹਿੰਦਾ, ਸਾਡੇ ਵੱਲ ਜ਼ਿਆਦਾ ਨਿਓਂ ਹੀ ਕਹਿੰਦੇ ਨੇ। ਨੀਹਾਂ ਪੱਟ ਰਹੇ ਨੇ ਜੀ, ਅੱਜ ਆਪਾਂ ਧਰ ਦਾਂਗੇ ਨੀਂਹ, ਅਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਫਿਰ ਆਪਣਾ ਜਲਦੀ ਕੰਮ ਬਣ ਜੂਗਾ ਹੈ ਨਾ। ਅਤੇ ਆਪਾਂ ਪਰਮਾਤਮਾ ਦਾ ਊਠ ਆਸਰਾ ਲੈਂਦੇ ਹਾਂ ਜੀ। ਸਭ ਤੋਂ ਪਹਿਲਾਂ ਆਪਾਂ ਬਾਬਾ ਜੀ ਨੂੰ ਬੁਲਾਇਆ ਹੋਇਆ, ਮੈਂ ਦੇਗ ਕਰਦੀ ਹਾਂ, ਬਾਬਾ ਜੀ ਅਰਦਾਸ ਕਰਨਗੇ ਦੇਗ ਵੰਡ ਕੇ, ਬਸ ਫਿਰ ਆਪਾਂ ਘਰ ਦੀ ਜਿਹੜੀ ਨੀਂਹ ਰੱਖ ਲਾਂਗੇ ਸ਼ੁਰੂਆਤ ਹੋ ਜੂਗੀ। ਪਰਮਾਤਮਾ ਰਹਿਣ ਵਾਲਿਆਂ ਨੂੰ, ਬਣਾਉਣ ਵਾਲਿਆਂ ਨੂੰ, ਰਿਸ਼ਤੇਦਾਰ ਭੈਣ ਭਾਈਆਂ ਨੂੰ, ਸਭ ਨੂੰ ਸੁੱਖ ਸ਼ਾਂਤੀ ਦੇਣ ਜੀ, ਅਤੇ ਸਭ ਦੇ ਪਰਮਾਤਮਾ ਕਾਰਜ ਰਾਸ ਕਰਨ। ਠੀਕ ਹੈ, ਆਪਾਂ ਦੇਗ ਬਣਾ ਲਈਏ। ਘਿਓ ਮੈਂ ਹੁਣੇ ਹੁਣੇ ਗਰਮ ਕਰਿਆ ਜੀ ਸਵੇਰੇ, ਆਪਾਂ ਤਾਜ਼ੇ ਘਿਓ ਦੀ ਦੇਗ ਬਣਾਵਾਂਗੇ। ਬਾਕੀ ਦੇ ਵਿੱਚ ਥੋੜ੍ਹੀ ਜਿਹੀ ਖੰਡ ਹਾਂ
ਮਾਂ ਇਹ ਛੱਡੀ ਸੀ ਮੋਟਰਮੈਨ ਨੇ। ਬਟ ਐ ਨਹੀਂ ਪਤਾ ਹੁਣ ਭਰੀ ਗਈ ਹੈ ਨਾ। ਅਤੇ ਬਾਕੀ ਕੁਛ ਸਮਾਨ ਜੀ ਆਪਾਂ ਨਿਓ ਦੇ ਵਿੱਚ ਰੱਖਾਂਗੇ, ਤੁਹਾਡੀ ਮਰਜ਼ੀ ਹੈ ਰੱਖਣਾ ਤਾਂ ਰੱਖ ਦਿਉ, ਨਹੀਂ ਰੱਖਣਾ ਹੈ ਨਾ ਨਾ ਰੱਖੋ। ਕਾਫੀ ਭੈਣ ਭਾਈ ਵਹਿਮ ਵੀ ਨਹੀਂ ਕਰਦੇ, ਕਾਫੀ ਕਰ ਲੈਂਦੇ ਨੇ ਵੀ ਰੱਖਣਾ ਹੈਗਾ ਹੈ ਨਾ, ਜਿਵੇਂ ਜਿਨ੍ਹਾਂ ਦਾ ਘਰ ਜਿਨ੍ਹਾਂ ਨੇ ਖੇਤ 'ਚ ਘਰ ਬਣਾਉਣਾ ਉਹ ਕਰ ਲੈਂਦੇ ਨੇ ਜੀ, ਉਹਨਾਂ ਦਾ ਮਤਲਬ ਇਹ ਹੁੰਦਾ ਹੈ ਨਾ ਵੀ ਆਪਾਂ ਖੋਜਗਿਰ ਦਾ ਥਾਂ ਰੋਕਣਾ ਹੁੰਦਾ ਹੈਗਾ, ਖਾਸ ਕਰਕੇ ਖੂਹ ਵਾਲਾ ਜਿਵੇਂ ਸਾਡੇ ਵੀ ਘਰ ਦੇ ਵਿੱਚ ਖੋਜਗਿਰ ਹੈਗਾ, ਆਪਾਂ ਇਹਦੇ ਲਵੇ ਨਿਓ ਰੱਖੀ ਹੈਗੀ। ਤਾਂ ਇਹ ਆਪਾਂ ਦੱਸਦੇ ਹਾਂ ਵੀ ਤੁਹਾਨੂੰ ਨਿਓ ਵਿੱਚ ਕੀ ਕੁਛ ਰੱਖਦੇ ਹੁੰਦੇ ਨੇ, ਸਾਰਿਆਂ ਦਾ ਅੱਡੋ ਅੱਡ ਮਾਨਤਾ ਹੁੰਦੀ ਹੈ, ਆਪਾਂ ਤੁਹਾਨੂੰ ਦਿਖਾਉਂਦੇ ਵੀ ਕੀ ਕੁਛ ਰੱਖਣਾ। ਇਹ ਤੁਸੀਂ ਐਵੇਂ ਵਹਿਮ ਭਰਨੀ ਭਰਮ ਨਹੀਂ ਮੰਨਣਾ ਵੀ ਜਦੋਂ ਬਾਬੇ ਦੀ ਅਰਦਾਸ ਦੀ ਕਰਵਾ ਲਈਏ ਬੇਸ਼ੱਕ ਨਾ ਰੱਖਦੇ। ਪਤਾ ਜੀ ਜੇ ਆਪਾਂ ਕੋਈ ਵੀ ਕੰਮ ਨਹੀਂ ਕਰਦੇ ਹੈ ਨਾ, ਆਪਾਂ ਨੂੰ ਕੋਈ ਸਿਆਣਾ ਕਹਿੰਦਾ ਵੀ ਤੁਸੀਂ ਆਹ ਕੰਮ ਕਰੋ, ਆਪਾਂ ਕੰਮ ਨਾ ਕਰੀਏ, ਇੱਕ ਨਾ ਆਪਣੇ ਮਨ 'ਚ ਵਹਿਮ ਜਿਹਾ ਹੁੰਦਾ ਵੀ ਫਲਾਣੇ ਨੇ ਆ ਕਿਹਾ ਸੀ ਆਪਾਂ ਉਹ ਕਰਿਆ ਨਹੀਂ, ਥੋੜ੍ਹਾ ਜਿਹਾ ਕਿਤੇ ਨਾ ਕਿਤੇ ਆਪਣੇ ਨਾ ਉਹ ਨੈਗੇਟਿਵ ਪੁਆਇੰਟ 'ਚ ਲੱਗ ਜਾਂਦਾ, ਨੈਗੇਟਿਵ ਵਾਈਬ ਆਉਂਦੀ ਹੈ। ਜਿਵੇਂ ਹੁਣ ਆਪਾਂ ਸਾਰਾ ਕੁਛ ਕਰ ਲਿਆ ਉਹ ਪੋਜ਼ੀਟਿਵ ਵਾਈਬ ਆਉਣ ਲੱਗ ਜਾਂਦੀ ਹੈ, ਸਾਰਾ ਕੁਛ ਆਪਾਂ ਪੋਜ਼ੀਟਿਵ ਸੋਚਾਂਗੇ ਵੀ ਆਪਾਂ ਸਾਰਾ ਕੁਛ ਵਧੀਆ ਕਰਤਾ ਹੁਣ ਸਾਰਾ ਕੁਛ ਵਧੀਆ ਹੋਊ। ਬਸ ਇਹ ਜਿਹੜੀ ਮੇਨ ਗੱਲ ਹੁੰਦੀ ਹੈ ਇਹ ਆਪਣੀ ਥਿੰਕਿੰਗ ਦੀ ਹੁੰਦੀ ਹੈ ਜੀ ਵੀ ਆਪਾਂ ਕਿਸ ਤਰ੍ਹਾਂ ਦਾ ਸੋਚਦੇ ਹਾਂ, ਅਤੇ ਇਹ ਸਾਇੰਸ ਨੇ ਵੀ ਪ੍ਰੂਵ ਕਰਤਾ ਵੀ ਆਪਣੇ ਜਿਹੜਾ ਆਪਾਂ ਕੁਛ ਆਪਾਂ ਸੋਚਾਂਗੇ ਉਹ ਕਾਫੀ ਹੱਦ ਤੱਕ ਆਪਣਾ ਹੋ ਜਾਂਦਾ। ਠੀਕ ਆ, 100% ਨਹੀਂ ਹੁੰਦਾ ਤਾਂ 50% ਜ਼ਰੂਰ ਹੁੰਦਾ। ਇਸ ਕਰਕੇ ਬਾਕੀ ਵਾਹਿਗੁਰੂ ਦੇ ਹੱਥ 'ਚ ਆ ਸਾਰਾ ਕੁਛ, ਚੰਗਾ ਮਾੜਾ ਕਰਨਾ ਪਰਮਾਤਮਾ ਨਹੀਂ ਕਰਨਾ। ਪਰ ਫਿਰ ਵੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਵੀ ਆਪਾਂ ਨੀਂਦ ਦੇ ਵਿੱਚ ਕੀ ਕੁਛ ਰੱਖਦੇ ਹਾਂ। ਅਤੇ ਉਦੋਂ ਪਿਛਲੀ ਵਾਰ ਮੈਨੂੰ ਕਾਫੀ ਭੈਣ ਭਾਈਆਂ ਨੇ ਮੈਸੇਜ ਕਰੇ ਸੀ ਉਹ ਤੁਸੀਂ ਲਿਫਾਫੇ ਦੇ ਵਿੱਚ ਕੀ ਰੱਖਿਆ। ਇਹ ਲਓ ਜੀ, ਇਹ ਹੈਗਾ ਜੀ ਸੱਪ ਅਤੇ ਸੱਪਣੀ ਦਾ ਜੋੜਾ ਹੈਗਾ ਇਹ, ਜੋ ਆਪਾਂ ਰੱਖਾਂਗੇ ਕਿਉਂਕਿ ਆਪਾਂ ਖੋਜਗਿਰ ਵਾਲਾ ਖੂਹ ਵਾਲਾ ਥਾਂ ਹੈਗਾ ਇਹ। ਥੋੜ੍ਹੇ ਜਿਹੇ ਕੁਛ ਸਿੱਕੇ ਰੱਖਣੇ ਨੇ, ਇਹ ਆਪਣੇ ਚੌਲ ਹਲਦੀ ਖੰਭਣੀ ਆ ਜੋ ਇੱਟ ਨੂੰ ਬੰਨੀ ਜਾਊ ਸਕਣ ਹੈ, ਇੱਕ ਤਾਂਬੇ ਦੀ ਕੋਈ ਗੜਬੀ ਰੱਖ ਲਿਓ, ਥੋੜ੍ਹਾ ਜਿਹਾ ਤਾਂਬੇ ਦਾ ਜੇ ਕੋਈ ਪੁਰਾਣਾ ਸਿੱਕਾ ਪਿਆ ਤੁਹਾਡੇ ਕੋਲ ਉਹ ਰੱਖ ਲਿਓ, ਨਾਲ ਇੱਕ ਇਹ ਕੋਪਰ ਵੀ ਇਹ ਚੰਗਾ ਹੁੰਦਾ ਨਿਓ ਦੇ ਵਿੱਚ ਰੱਖਿਆ। ਠੀਕ ਹੈ, ਇਹ ਸਾਰਾ ਸਮਾਨ ਚਾਹੇ ਇਹਦੇ ਵਿੱਚ ਭਰ ਕੇ ਰੱਖ ਲਓ, ਜਿਵੇਂ ਵੀ ਰੱਖਣਾ ਉਹ ਰੱਖ ਲਓ, ਬਸ ਇਹ ਆਪਾਂ ਨਿਓ ਦਾ ਸਮਾਨ ਰੱਖਿਆ। ਠੀਕ ਹੈ ਜੀ, ਇਹ ਪਹਿਲਾਂ ਵੀ ਆਪਾਂ ਇਹ ਦੱਬਿਆ ਸੀ ਇੱਕ ਜੋੜਾ, ਆਪਾਂ ਖੇਤ ਦੇ ਵਿੱਚ ਘਰ ਬਣਾਉਣੇ ਦੱਬ ਦਿੰਦੇ ਨੇ ਆਮ, ਤੁਹਾਨੂੰ ਹੁਣ ਤਾਂ ਇਹ ਭਾਂਡੇ ਵਾਲੀਆਂ ਦੁਕਾਨਾਂ 'ਤੇ ਵੀ ਮਿਲ ਜਾਂਦੇ ਨੇ, ਸੁਨਿਆਰ ਦੇ ਵੀ ਮਿਲ ਜਾਂਦੇ ਨੇ, ਉਂਝ ਤਾਂ ਜੀ ਭਾਂਡੇ ਵਾਲੇ ਤਾਂ ਕਹਿੰਦੇ ਨੇ ਅਸੀਂ ਲੈਂਦੇ ਨਹੀਂ, ਜੇ ਕਹਾਂਗੇ ਆਪਾਂ ਚਾਂਦੀ ਦਾ ਤਾਂ ਉਹ ਨਹੀਂ ਹੁੰਦਾ, ਮਾੜਾ ਮੋਟਾ ਜੀ ਹੁੰਦੀ ਹੈ ਚਾਂਦੀ ਤਾਂ ਇਹਦੇ ਵਿੱਚ ਮਿਕਸ ਜੀ ਹੁੰਦਾ, ਪਰ ਤੁਸੀਂ ਫਿਰ ਵੀ 50-60 ਰੁਪਏ ਤੁਸੀਂ ਦੇ ਸਕਦੇ ਹੋ ਵੀ ਹੈ ਨਾ, ਵੀ ਆਪਾਂ ਫਰੀ ਨਹੀਂ ਲੈਣੀ ਕੋਈ ਚੀਜ਼, ਬਸ ਆਹ ਕੁਛ ਸਿੱਕੇ ਨੇ ਆਪਾਂ ਇਹ ਦੱਬ ਦਾਂਗੇ ਵਿੱਚ। ਕੋਈ ਵੀ ਜੇ ਤੁਹਾਡੇ ਕੋਲ ਨਹੀਂ ਤੁਸੀਂ ਗੜਬੀ ਲੈਣੀ ਹੈ ਨਾ, ਤਾਂ ਕੋਈ ਵੀ ਤਾਂਬੇ ਦਾ ਤੁਹਾਡੇ ਕੋਲ ਸਿੱਕਾ ਪਿਆ ਹੋਊਗਾ ਪੁਰਾਣਾ ਉਹ ਤੁਸੀਂ ਦੱਬ ਸਕਦੇ, ਤਾਂਬਾ ਹੋ ਜੂਗਾ ਬਸ। ਠੀਕ ਹੈ, ਐਨਾ ਕਿਹੋ ਇਹ ਤੁਸੀਂ ਐਨਾ ਕਿਹੋ ਜੀ ਵੀ ਵਹਿਮ ਹੋਣਾ ਜੀ, ਇਹ ਵਹਿਮ ਆ। ਠੀਕ ਹੈ, ਜਿਵੇਂ ਜੇ ਤੁਹਾਨੂੰ ਵਹਿਮ ਲੱਗਦਾ ਤੁਸੀਂ ਨਹੀਂ ਕਰਨਾ ਚਾਹੁੰਦੇ ਇਹ, ਨਾ ਕਰੋ ਸੰਗਾ। ਠੀਕ ਹੈ ਜੀ, ਜਿਵੇਂ ਸਾਨੂੰ ਸਿਆਣੇ ਬਜ਼ੁਰਗ ਕਹਿੰਦੇ ਨੇ ਸਾਨੂੰ ਉਹਨਾਂ ਦੇ ਮਗਰ ਲੱਗਣਾ ਪਊਗਾ, ਮੇਰੀ ਮੰਮੀ ਉਰੇ ਕਹਿੰਦੇ ਨੇ ਵੀ ਤੁਸੀਂ ਖੇਤ 'ਚ ਘਰ ਬਣਾ ਰਹੇ ਹੋ ਹੈ ਨਾ, ਘਰ ਦੇ ਵਿੱਚ ਖੋਜਗਿਰ ਪੀਰ ਹੈ, ਤੁਹਾਡੇ ਮੋਟਰ ਹੈ, ਖੂਹ ਹੈਗਾ, ਜਿਵੇਂ ਹੁਣ ਸਿਆਣੇ ਪਹਿਲਾਂ ਤੋਂ ਮਾਨਤਾ ਕਰਦੇ ਆ ਰਹੇ ਨੇ, ਫਿਰ ਆਪਾਂ ਨੂੰ ਵੀ ਬਜ਼ੁਰਗਾਂ ਦੇ ਮਗਰ ਉੱਨੀ ਗੱਲ ਸੁਣਨੀ ਪੈਂਦੀ ਹੈ। ਬਾਕੀ ਸਭ ਤੋਂ ਬਾਕੀ ਜੀ ਪਰਮਾਤਮਾ ਇੱਕੋ ਹੀ ਆ, ਸਭ ਦਾ ਬੇੜਾ ਪਾਰ ਉਸੇ ਨਹੀਂ ਕਰਨਾ ਹੈਗਾ, ਅਤੇ ਬਸ ਬਾਬਾ ਜੀ ਨੂੰ ਉਡੀਕ ਰਹੇ ਹਾਂ ਆਪਾਂ, ਫਿਰ ਕਰਵਾਉਂਦੇ ਹਾਂ ਅਰਦਾਸ। ਠੀਕ ਹੈ ਜੀ, ਅਤੇ ਅੱਜ ਆਪਾਂ ਬੁਟੀਕ ਦੇ ਵਿੱਚ ਸਮਾਨ ਵੀ ਤਰਾਂਗੇ, ਅਤੇ ਇੱਧਰ ਵੀ ਆਪਣੀ ਅਰਦਾਸ ਹੋ ਜੂ, ਬਾਬਾ ਜੀ ਨੂੰ ਕਹਾਂਗੇ ਵੀ ਇਕੱਠੀ ਵੀ ਅਰਦਾਸ ਕਰਦੇ, ਨਾ ਤਾਂ ਘਰ ਦੀ ਨੀਂਦ ਦੀ, ਅਤੇ ਨਾਲੇ ਆਪਣੇ ਨਵੇਂ ਇੱਧਰ ਬੁਟੀਕ 'ਚ ਸਮਾਨ ਰੱਖਦੇ ਹਾਂ ਇਹਦੀ ਵੀ ਅਰਦਾਸ। ਜਦੋਂ ਆਪਾਂ ਬੁਟੀਕ ਦੀ ਨੀਂਹ ਰੱਖੀ ਸੀ ਆਪਾਂ ਉਦੋਂ ਵੀ ਬਾਬਾ ਜੀ ਦੀ ਅਰਦਾਸ ਕਰਵਾ ਲਈ ਸੀ ਵੀ ਵਧੀਆ ਕੰਮ ਚੱਲੇ ਜੀ। ਬਾਕੀ ਸਾਰਿਆਂ ਨੂੰ ਸੁੱਖ ਸ਼ਾਂਤੀ ਹੈ ਨਾ, ਪਾਉਣ ਵਾਲਿਆਂ ਨੂੰ ਵੀ, ਰਹਿਣ ਵਾਲਿਆਂ ਨੂੰ ਵੀ ਪਰਮਾਤਮਾ ਤੰਦਰੁਸਤੀ ਦੇਵੇ। ਪਹਿਲਾਂ ਦੱਸ ਕਰਦੇ ਨੇ। ਹਾਂ ਜੀ ਹਾਂ, ਚੱਕ ਲਿਆ ਬਹੁਤ ਹੋਇਆ।
ਮਿਸਤਰੀ ਨਾਲ ਕੰਮ ਕਰਨਾ ਹੈ ਤਾਂ ਬੜਾ ਮਿਸਤਰੀ ਨਾਲ ਕੰਮ ਕਰਨਾ ਗਰਮੀ ਤਾਂ ਹੈ ਤਾਂ ਬੜਾ ਮਿਸਤਰੀ ਵੀ ਔਖੀ ਹੁੰਦੇ ਨੇ ਜੀ ਇਹਨਾਂ ਦਾ ਐਂ ਤਾਂ ਵਿਚਾਰ ਇਹਨਾਂ ਦਾ ਸਰੀਰ ਹੁੰਦਾ ਹੁੰਦਾ ਜਿਹੜੇ ਸਾਡੇ ਵਰਗੇ ਸੋਲ ਸਰੀਰ ਨੂੰ ਫਸ ਜਾਂਦੇ ਨਾ ਜਦੋਂ ਫਿਰ ਪਤਾ ਲੱਗਦਾ ਅਸੀਂ ਜਦੋਂ ਮਕਾਨ ਪਾਏ ਸਾਨੂੰ ਪਤਾ ਜਗਜੀਤ ਸਿੰਘ ਸ਼੍ਰੀ ਭਗਵਤ ਜੀ ਸਾਹਿਬ ਆ ਸ਼੍ਰੀ ਭਗਵਤ ਸ੍ਰੀ ਹਰਿਕ੍ਰਿਸ਼ਨ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਜੀ ਦਾਸ ਜੀ ਕਥੇ ਅੰਦਰ ਕੇ ਖਾਲਸਾ ਜੀ ਬੁਲਣਾ ਜੀ ਵਾਹਿਗੁਰੂ ਜੀ ਸਤਿਗੁਰਾਂ ਜੀ ਕੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਥੀਆਂ ਜਰਦੀਆਂ ਪੱਤੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਦੇਖ ਵਾਜੀ ਦੇਖ ਸੁਣ ਕੇ ਅੰਗਤ ਕੀਤਾ ਤਿੰਨਾਂ ਪਿਆਰਿਆਂ ਸਚਾਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ ਜੀ ਜਿਹਨਾਂ ਸਿੰਘਾਂ ਸਿੰਘਣੀਆਂ ਧਰਮ ਹੇਠ ਸੀਸ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚਰਖੜੀਆਂ ਦੇ ਚੜੇ ਤਨ ਆਰਿਆਂ ਦੇ ਨਾਲ ਚਲਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਿਹਾਰਿਆ ਸਿੱਖੀ ਕਿੱਸਾ ਸਵਸਲ ਸੰਗੀ ਭਾਈ ਤਿੰਨਾਂ ਸ਼ਹੀਦਾਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਤੇ ਭਾਵੇ ਤੇ ਤਾਵਨ ਕਾ ਸਤਿਕਾਰ ਸਭ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਰੇ ਤਹਾਂ ਤਹਾਂ ਰੱਖਿਆ ਰਿਹਾ ਦੇਗ ਤੇ ਫਤਿਹ ਬਿਗਤੀ ਸਾਹਿਬ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕਬੂਲ ਵਾਲੇ ਗੁਰੂਆਂ ਜੀ ਵਾਹਿਗੁਰੂ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹਦਾਨ ਪੁਰਸਾ ਦਾਨ ਦਾਨ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਗਜਾ ਕਰ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ ਜੀ ਸਿੱਖਾਂ ਦਾ ਮਨ ਨਿਵਾ ਮਤ ਕੀ ਮਤ ਪਤ ਦੇ ਰੱਖੇ ਆਪ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀ ਸ਼੍ਰੀ ਨਨਕਾਣਾ ਸਾਹਿਬ ਜੀ ਤੋਂ ਲੈ ਕੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪਿਆਰੇ ਪੰਥ ਨੂੰ ਜੋੜਿਆ ਗਿਆ ਹੈ ਜੀ ਜਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਮਹਾਰਾਜ ਹੋਏ ਮਾਣਿਆ ਦੇ ਮਾਣ ਨਿਤਾਣਿਆਂ ਦੇ ਤਾਨ ਸੱਚੇ ਪਿਤਾ ਵਾਹਿਗੁਰੂ ਜਾਪ ਜੀ ਕੀ ਪਾਵਨ ਪਵਿੱਤਰ ਵਿਕਰਮਾ ਕਮਲਾ ਪਾਤ ਸਰਦਾਸ ਬੇਨਤੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਾਨਕ ਕਰੇ ਆਪ ਜੀ ਦੀ ਕਿਰਪਾ ਸਦਕਾ
ਮਿਹਰ ਸਦਕਾ ਮਹਾਰਾਜ ਆਪ ਜੀ ਕੇ ਦਰਕਾਰ ਦਪਰੀਤ ਬਾਦ ਚਰਨਾਂ ਦੇ ਸੇਵਕ ਸਰਦਾਰ ਜਗਜੀਤ ਸਿੰਘ ਜੀ, ਇਹਨਾਂ ਵੱਲੋਂ ਸਤਿਗੁਰੂ ਆਪ ਜੀ ਦੀ ਮਿਹਰ ਹੋਈ ਹੈ। ਸਤਿਗੁਰੂ ਆਪ ਜੀ ਨੇ ਖੁਸ਼ੀ ਨੇ ਚੇੜੇ ਬਖਸ਼ੀ ਨੇ ਕਿਰਪਾ ਹੋਈ ਹੈ। ਸਤਿਗੁਰੂ ਜੀ ਗੁਰਮੁਖ ਪਰਿਵਾਰ ਵੱਲੋਂ ਨਵੇਂ ਮਕਾਨ ਦੀ ਨੀਂਹ ਰੱਖਣ ਦੇ ਵਾਸਤੇ ਅਰਦਾਸ ਬੇਨਤੀ ਮਹਾਰਾਜ ਆਪ ਜੀ ਨੇ ਕਿਰਪਾ ਕਰਨੀ। ਸਤਿਗੁਰੂ ਜੀ ਉਹ ਮਿਸਤਰੀ ਸਿੰਘਾਂ ਅਤੇ ਸਾਰੇ ਸੇਵਾਦਾਰ ਸਿੰਘਾਂ ਅਤੇ ਸਾਰਿਆਂ ਦੇ ਸਤਿਗੁਰੂ ਪਰਿਵਾਰ 'ਤੇ ਸਿਰ 'ਤੇ ਮਿਹਰਾਂ ਭਰੇ ਹੱਥ ਰੱਖਣਾ, ਮਹਾਰਾਜ ਚੜ੍ਹਦੀ ਕਲਾ 'ਚ ਰੱਖਣੀ। ਗੁਰਮੁਖ ਪਰਿਵਾਰ ਨੇ ਜਿਸ ਵੀ ਮਨੋਭਾਵਨਾ ਨੂੰ ਲੈ ਕੇ ਆਪ ਜੀ ਕੇ ਚਰਨਾਂ ਦੀ ਸੇਵਾ ਕੀਤੀ ਹੈ ਮਹਾਰਾਜ, ਸੋ ਮਨੋਭਾਵਨਾ ਨੂੰ ਪੂਰਾ ਕਰੇ ਚੜ੍ਹਦੀ ਕਲਾ 'ਚ ਰੱਖਣੇ। ਪਰਿਵਾਰ ਵਿੱਚ ਇੱਕ ਅਥਵਾ ਅੱਖ ਬਖਸ਼ਣਾ ਮਹਾਰਾਜ, ਪੁੱਤ ਦਾ ਨਾਸ ਕਰਨਾ, ਭਾਜਨ ਬਾਣੀ ਦਾ ਪ੍ਰਤਾਪ ਕਰਨਾ, ਖੇਤੀਬਾੜੀ ਨੂੰ ਭਾਗ ਲੈਣੇ ਜੀ, ਕਿਰਪਾ ਕਰਨੀ ਮਹਾਰਾਜ। ਇਸ ਕਾਰਜ ਵਿੱਚ ਸਤਿਗੁਰੂ ਆਪ ਜੀ ਨੇ ਅੰਗ ਸੰਗ ਰਹਿ ਕੇ ਹਰ ਪ੍ਰਕਾਰ ਦੀ ਸਹਾਇਤਾ ਕਰਨੀ, ਕਿਰਪਾ ਕਰਨੀ। ਸਤਿਗੁਰੂ ਆਪ ਜੀ ਨੂੰ ਹਾਜ਼ਰ ਨਾਜ਼ਰ ਸਮਝਦਿਆਂ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਵਾਸਤੇ ਬਖਸ਼ੀਆਂ ਹੋਈਆਂ ਕਿਰਤਕ ਮੰਜਨ ਦੇ ਵਿੱਚੋਂ ਕੜਾਹ ਪ੍ਰਸ਼ਾਦ ਦੇ ਵੀ ਸੱਜ ਕੇ ਤਿਆਰ ਹੈ ਮਹਾਰਾਜ। ਕਰੀ ਪਾਕਿਸਤਾਨ ਸੋਚ ਵਿਤਰਾਂ ਲਾਭ ਭੋਗ ਹਰਾਏ ਆਪ ਜੀ ਲੱਗਿਆ ਸਿੱਧ ਪ੍ਰਸਾਦ ਆਈ ਸਾਧ ਸੰਗਤ ਵਿੱਚ ਵਰਤੇ ਜੋ ਵੀ ਸ਼ਕਤੀ ਆਪ ਜੀ ਦਾ ਨਾਮ ਦਿੱਤੇ ਮਹਾਰਾਜ ਕਰੋ ਕਿਰਪਾ। ਗੁਰਮੁਖ ਪਰਿਵਾਰ ਵੱਲੋਂ ਕੱਪੜੇ ਦਾ ਕੰਮ ਸ਼ੁਰੂ ਕੀਤਾ ਗਿਆ ਮਹਾਰਾਜ, ਆਪ ਜੀ ਨੇ ਕਿਰਪਾ ਕਰਨੀ। ਸਤਿਗੁਰੂ ਜੀ ਨਵੇਂ ਬੁਟੀਕ ਦੇ ਵਿੱਚ ਆਪ ਜੀ ਨੇ ਸਤਿਗੁਰੂ ਜੀ ਕਿਰਪਾ ਕਰਨੀ। ਆਪ ਜੀ ਨੇ ਅੰਤਾਂ ਦੇ ਵਾਧੇ ਕਰਨੇ, ਚੜ੍ਹਦੀ ਕਲਾ 'ਚ ਰੱਖਣਾ ਸਤਿਗੁਰੂ ਜੀ, ਵਾਧਾ ਫੁੱਲਦਾ ਰੱਖਣਾ, ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਬਖਸ਼ਣੀ, ਹਰ ਤਰ੍ਹਾਂ ਸਹਾਇਤਾ ਕਰਨੀ, ਸਾਰਿਆਂ ਨੂੰ ਮਹਾਰਾਜ ਰਲ ਮਿਲ ਕੇ ਬੰਦਾ ਵਰ ਬਖਸ਼ਣਾ, ਕਿਰਪਾ ਕਰਨੀ। ਹੋਈਆਂ ਭੁਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸਤਿਗੁਰੂ ਆਪ ਜੀ ਨੇ ਨੀਂਹ ਰੱਖਣ ਦੀ ਆਗਿਆ ਬਖਸ਼ਣੀ ਜੀ। ਸੇ ਪਿਰ ਮੇਰੇ ਜਿੰਨਾ ਮਿਲਿਆ ਤਨਾ ਚਿਤਾ ਵੈ ਨਾਨਕ ਨਾਮ ਚੜ੍ਹਦੀ ਕਲਾ 'ਚ ਦੇ ਭਾਣੇ ਸਰਬੱਤ ਦਾ ਫਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਰੱਖਦੀ ਪਹਿਲਾਂ ਦੇਗ ਲੈ ਲਓ ਬਈ, ਦੇਗ ਲੈ ਕੇ ਫਿਰ ਗਰਮੀ ਪੈ ਰਹੀ ਆ, ਠੰਡੀ ਠੰਡੀ ਤਪਿਆ ਪਿਆ ਜੀ ਸਾਲ ਬਣਾਉਣ ਸਾਰੇ ਦੇ ਵਿੱਚ ਕੱਢ ਕੇ ਅੰਬੜੀ ਤਾਂ ਉੱਤਾਂ ਨੂੰ ਲਪੇਟ ਦਿਓ। ਇਹ ਵਿੱਚ ਰੱਖ ਦਿਓ ਬਾਈ ਸਾਰਾ ਸਮਾਨ। ਥੰਬੜੀਆਂ ਜਿਹੜੀਆਂ ਇੱਟਾਂ ਨੂੰ ਲਪੇਟ ਦਿਓ, ਇਹ ਗੜਬੀ ਵੀ ਵਿੱਚ ਰੱਖੋ ਬਸ, ਇੱਟਾਂ 'ਤੇ ਮਾੜਾ ਜਿਹਾ ਜਲ ਲਾ ਦਿਓ। ਹਾਂ ਹਾਂ ਰੱਖ ਦਿਓ। ਗਲੀ ਗਲੀ ਨਾ ਬਸ ਅਸੀਂ ਇਕੱਠੀਆਂ ਜੋੜਾ ਜੋੜਾ ਦੇ ਕਰਕੇ ਲਪੇਟ ਦਿਓ, ਜਿਵੇਂ ਤੁਹਾਨੂੰ ਠੀਕ ਲੱਗਦਾ। ਇਹ
ਲਵੇਟ ਦੋ ਕੰਬੜੀ ਵੈਸੇ ਤੁਸੀਂ ਮੱਥਾ ਟੇਕ ਕੇ ਮੁੜ ਜਾਂਦੇ ਆਪਣੀ ਕਦੇ ਗੱਲਬਾਤ ਸਾਰਿਆਂ ਨੇ ਹੱਥ ਕਰਨ ਲੋ ਬਈ ਤੁਸੀਂ ਫੜੋ ਲੋ ਮਿਸਤਰੀ ਜੱਸੀ ਕਿੱਧਰ ਭਾਗੀ ਔਰ ਸੋਈ ਚ ਨਹੀਂ ਮੈਨੂੰ ਲੱਗਦਾ ਸੋਨੂੰ ਵੀ ਪਰਮਾਤਮਾ ਤੰਦਰੁਸਤੀ ਰੱਖੇ ਜਲਦੀ ਜਲਦੀ ਧਿਆਨ ਜੱਸੀ ਰਹਿ ਗਈ ਦਿੰਦੇ ਹਾਂ ਲਓ ਜੀ ਬਾਬਾ ਜੀ ਅਰਦਾਸ ਕਰਕੇ ਚਲੇ ਗਏ ਨੇ ਅਤੇ ਨਿਉਂ ਆਪਣੀ ਟਿਕ ਗਈ ਹੈ ਪਰਮਾਤਮਾ ਸੁੱਖ ਸ਼ਾਂਤੀ ਦੇਣ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਭੈਣ ਆਈ ਇੱਕ ਨਾਲ ਹੋਰ ਪਿੰਡ 'ਚੋਂ ਆਪਾਂ ਬੁਟੀਕ 'ਚ ਸਮਾਨ ਧਰਤੇ ਉਹਨੂੰ ਕਿਹਾ ਵੀ ਇੱਕ ਵਾਰੀ ਹੋਰ ਪੋਚਾ ਲਾ ਦੇ ਕੱਲ੍ਹ ਲਾਈਟਾਂ ਵਗੈਰਾ ਉੱਥੇ ਸਾਰਾ ਕੁਛ ਫਿੱਟ ਹੋ ਗਿਆ ਅਤੇ ਬਸ ਆਪਾਂ ਹੁਣ ਬੁਟੀਕ 'ਚ ਰੱਖਣ ਲੱਗਦੇ ਹਾਂ ਜੀ ਸਮਾਨ ਸਾਨੂੰ ਦਿਨ ਸਿੱਪ ਜੂਗਾ ਅਤੇ ਕੱਲ੍ਹ ਨੂੰ ਹੈਗਾ 11 ਅਪ੍ਰੈਲ ਤੁਹਾਡੇ ਕੋਲ ਆਉਂਦੀਆਂ ਆਉਂਦੀਆਂ ਵੀਡੀਓ ਲੇਟ ਹੋ ਜਾਣਗੀਆਂ ਠੀਕ ਹੈ ਕੱਲ੍ਹ ਨੂੰ 11 ਅਪ੍ਰੈਲ ਹੈ ਜੀ ਫਿਰ ਮਨਵੀਰ ਨੇ ਆਪਦਾ ਬਰਥਡੇ ਸੈਲੀਬ੍ਰੇਟ ਕਰਨ ਜਾਣਾ ਅੱਜ ਆਪਣੀਆਂ ਸਹੇਲੀਆਂ ਦੇ ਨਾਲ ਪ੍ਰਭੂਰਿਆਂ ਨਾਲ ਸਾਰਿਆਂ ਨਾਲ ਅਤੇ ਕੱਲ੍ਹ ਨੂੰ ਉਹਦੇ ਨਾਨਕੇ ਬਰਥਡੇ ਸੈਲੀਬ੍ਰੇਟ ਹੋਊਗਾ ਫਿਰ ਬੀਜੀ ਬਹੁਤ ਚੱਲ ਰਿਹਾਂਗੇ ਬਹੁਤ ਜ਼ਿਆਦਾ ਕੰਮ ਹੈ ਖਿੱਚ ਦਾ ਕੰਮ ਚੱਲ ਰਿਹਾ ਪੂਰਾ ਅਤੇ ਅੱਜ ਬਸ ਆਪਾਂ ਕੱਪੜਾ ਲੀੜਾ ਧਰ ਦਈਏ ਅਤੇ ਸਾਰਿਆਂ ਤੋਂ ਮੈਂ ਮਾਫ਼ੀ ਮੰਗਣਾ ਚਾਹੁੰਦੀ ਹਾਂ ਜਿਨ੍ਹਾਂ ਦੇ ਮੈਸੇਜ ਲੇਟ ਹੋਏ ਨੇ ਜਿਨ੍ਹਾਂ ਦੇ ਰਿਪਲਾਈ ਲੇਟ ਹੋਏ ਨੇ ਜਿਨ੍ਹਾਂ ਦੇ ਪਾਰਸਲ ਲੇਟ ਹੋਏ ਨੇ ਜੀ ਬਹੁਤ ਜ਼ਿਆਦਾ ਬੀਜੀ ਚੱਲੇ ਹਾਂ ਜੀ ਸਾਡੀ ਕੋਈ ਸਾਰੇ ਦੀ ਗੱਲ ਨਹੀਂ ਇੱਕ ਉੱਧਰਲਾ ਕਮਰਾ ਛੋਟਾ ਸੀ ਛੋਟਾ ਹੋਣ ਕਰਕੇ ਸਾਨੂੰ ਉੱਥੇ ਕੁਛ ਥਿਆਇਆ ਹੀ ਨਹੀਂ ਨਾ ਸਿਲਾਈ ਵਾਲੇ ਕੱਪੜੇ ਥਿਆਏ ਨੇ ਨਾ ਕੋਈ ਹੋਰ ਕੱਪੜਾ ਲੀੜਾ ਥਿਆਇਆ ਵੰਡਿਆ ਹੀ ਦੇਗਾ ਮਨਵੀਰ ਦੇਗ ਵੰਡ ਕੇ ਆਈਏ ਹੁਣ ਸਾਰਿਆਂ ਨੂੰ ਚਲੋ ਜੀ ਆਪਾਂ ਕੱਪੜਾ ਲੀੜਾ ਕੱਢ ਲਈਏ ਫਿਰ ਆਪਾਂ ਧਰ ਦਿਆਂਗੇ ਠੀਕ ਹੈ ਸਮਾਨ ਸੈੱਟ ਕਰਕੇ ਮੇਰੇ ਸੂਟ ਸਿਲਾਈ ਹੋ ਕੇ ਆਏ ਨੇ ਇਹਦੇ ਨਾਲ ਵੀ ਇਹਦੇ ਨਾਲ ਦੇ ਵੀ ਤੁਹਾਨੂੰ ਮਿਲ ਜਾਣਗੇ ਜੇ ਤੁਹਾਨੂੰ ਲੋੜ ਹੋਈ ਲੈ ਲਿਓ ਇਹਦੇ ਨਾਲ ਦੇ ਵੀ ਮਿਲ ਜਾਣਗੇ ਜੀ ਬਹੁਤ ਸੋਹਣਾ ਕਾਫੀ ਜਿਹਾ ਕਲਰ ਹੈ ਇਹ ਸਲਵਾਰ ਕਮੀਜ਼ ਇੱਕ ਸੂਟ ਮੇਰਾ ਇਹ ਹੋ ਕੇ ਆਇਆ ਸਿਲਾਈ ਇੱਕ ਮੈਂ ਅੱਜ ਨਵਾਂ ਪਾ ਲਿਆ ਤਿੰਨ ਚਾਰ ਇਕੱਠੇ ਸਿਲਾਈ ਕਰਾਏ ਨੇ ਬਾਹਰ ਅੰਦਰ ਨੂੰ ਪਿਛਲੇ ਥੋੜ੍ਹੇ ਜਿਹੇ ਮੇਰੇ ਨਾ ਟਾਈਟ ਹੋ ਗਏ ਹੈ ਤਾਂ ਹੈਗੇ ਨੇ ਮੋਟੀ ਹੋ ਗਈ ਮੈਂ ਵਾਲਾ ਬਹੁਤ ਪਿਆਰਾ ਹੈ ਜੀ ਬਹੁਤ ਸੋਹਣਾ ਲਓ ਜੀ ਜਿਹੜਾ ਟਾਈਮ ਹੈ 12:30 ਵਜੇ ਦਾ ਹੋ ਗਿਆ ਅਤੇ ਆਪਣਾ ਸਮਾਨ ਹੈ ਜਿਹੜਾ ਬੁਟੀਕ ਦੇ ਵਿੱਚ ਆ ਚੁੱਕਿਆ ਆਪਣੇ ਘਰ ਦੇ ਵਿੱਚ ਠੀਕ ਹੈ ਹੁਣ ਇਹਦੀ ਸੈਟਿੰਗ ਕਰਨ ਦੀ ਸੋਚ ਹੈ ਅਸੀਂ ਤਾਂ ਮਰੇ ਕੁੱਤੇ ਵਾਂਗੂ ਡਿੱਗ ਗਏ ਤਿੰਨੇ ਜਣੇ ਇੱਕ ਮੀਤਾ ਇੱਕ ਜੱਸੀ ਇੱਕ ਪਹਿਲਾਂ ਤਾਂ ਅਸੀਂ ਆ ਕੇ ਚਾਹ ਪੀਤੀ ਆ ਵਿਚਾਰੇ ਵਿੰਡੇ ਉਹਨਾਂ ਨੂੰ ਵੀ ਚਾਹ ਨਹੀਂ ਮਿਲੀ ਸੀ ਉਦੋਂ ਉਸ ਨੇ ਜੀ ਸਮਾਨ ਕੱਢਣ ਵਾ ਗਏ ਮਨਵੀਰ ਆਪਦਾ ਬਰਥਡੇ ਸੈਲੀਬ੍ਰੇਟ ਕਰਨ ਲੱਗ ਪਾ ਗਈ ਮੈਨੂੰ ਕਹਿੰਦੀ ਮੰਮੀ ਤੁਸੀਂ ਸਮਾਨ ਸਮੂਨ ਕੱਢ ਲਿਓ ਮੈਂ ਅਸੀਂ ਪਾਰਟੀ ਕਰਕੇ ਆਪਣੀ ਸਹੇਲੀਆਂ ਨੂੰ ਆ ਜੂੰਗੀ ਉਹ ਪਤਾ ਨਹੀਂ ਅਜੇ ਕਦੋਂ ਕੁ ਆਉਣਗੀਆਂ ਚਲੋ ਆਪਾਂ ਜਿੰਨਾ ਕੁ ਹੁੰਦਾ ਜੀ ਉੱਨਾ ਕਰ ਲੈਂਦੇ ਤੁਹਾਨੂੰ ਦਿਖਾਵਾਂ ਕੀ ਹਾਲ ਹੈ ਮੇਰੇ ਪਿੱਛੇ ਦੇਖੋ ਟੱਪਰੀ ਬੱਸ ਵਾਲਾ ਕੰਮ ਹੋਇਆ ਪਿਆ
ਹੰਬੀ ਪਈਆਂ ਜਮੀ ਹੁਣ, ਜਾਣ ਨਹੀਂ ਰਹੀ ਹੈਗੀ ਵੀ ਸਮਾਨ ਦੀ ਸੈਟਿੰਗ ਕਰ ਦਈਏ। ਮਾਸਟਰ ਜੀ ਆ ਰਹੇ ਨੇ ਹੋਰ ਗੱਦੇ ਗੁੱਦੇ ਲੈ ਕੇ, ਉਹਨਾਂ ਦਾ ਫੋਨ ਆਇਆ ਸੀ ਕਹਿੰਦਾ ਮੈਂ ਗੱਦੇ ਖਰੀਦ ਰਿਹਾ ਗਾ, ਹੋਰ ਗੱਦੇ ਧਰ ਲਾਂਗਾ। ਆ ਜਾਓ ਇਹ ਦੇਖੋ, ਹੇ ਪ੍ਰਭੂ ਇਹ ਕਿਆ ਹੁਆ, ਇਹ ਕਿਆ ਹੁਆ ਪ੍ਰਭੂ, ਦੇਖੋ ਕੱਪੜੇ ਦੇਖੀ, ਪੱਖੇ 'ਚ ਤਾਂ ਨਹੀਂ ਵੱਜਦਾ ਮੀਂਹ ਤਾਂ, ਇਹਦਾ ਕਮਰਾ ਹੀ ਖੁੱਲ੍ਹਾ ਹੈਗਾ ਹੁਣ, ਸਮਾਨ ਸੈੱਟ ਆਊਗਾ ਇਹਦੇ ਨਾਲ ਹੀ, ਲਾ ਲਈਏ ਸੀਨ ਸਿੱਧਾ, ਲਓ ਜੀ ਆਪਾਂ ਸਮਾਨ ਦੀ ਸੈਟਿੰਗ ਕਰ ਲਈਏ। ਠੀਕ ਹੈ, ਚੜਿਆ ਸੀ ਨਾਲੇ ਕਲੀ ਪੈ ਗਈ ਆਪਣੀ, ਨਿਉਂ ਪੱਟੀਆਂ ਗਈਆਂ, ਕਲੀ ਤਾਂ ਗੱਲ ਪੈ ਗਈ ਸੀ, ਅਤੇ ਨਿਉਂ ਡਿੱਗ ਗਈ ਜੀ ਨਾਲੇ ਆਪਣੀ, ਫਿਰ ਤੁਸੀਂ ਕਹੋਗੇ ਨਿਉਂ ਨੀਂਹ ਡਿੱਗ ਗਈ ਨਾਲੇ ਆਪਣੀ, ਨਾਲੇ ਆਪਣੀ ਬੁਟੀਕ ਦੇ ਵਿੱਚ ਸਮਾਨ ਡਿੱਗ ਗਿਆ। ਵਾਹਿਗੁਰੂ ਨੇ ਬਹੁਤ ਸੋਹਣਾ ਦਿਨ ਚੜ੍ਹਾਇਆ। ਚਲੋ ਜੀ ਆਪਾਂ ਇਹਨੂੰ ਕਰ ਲਈਏ ਸਮਾਨ ਦੀ ਸੈਟਿੰਗ ਮੈਟਿੰਗ, ਅਤੇ ਆਪਾਂ ਫਿਰ ਤੁਹਾਨੂੰ ਬੁਟੀਕ ਦਾ ਟੂਰ ਦਿੰਦੇ ਹਾਂ। ਠੀਕ ਹੈ, ਅਤੇ ਵਾਹਿਗੁਰੂ ਦਾ ਨਾਂ ਲੈ ਕੇ ਆਪਾਂ ਧਰਦੇ ਹਾਂ ਸਾਰਾ ਕੁਛ, ਹਜੇ ਦੇਖਦੇ ਹਾਂ ਜਿਵੇਂ ਵੀ ਸੈਟਿੰਗ ਹੋਈ ਇੱਕ ਵਾਰੀ ਮੋਟਾ ਮੋਟਾ ਜਿਹਾ ਹੀ ਰੱਖ ਲੈਂਦੇ ਹਾਂ। ਤਾਹਾਂ ਤੋਂ ਸ਼ੁਰੂ ਕਰ ਲਓ ਪਹਿਲਾਂ, ਕਰ ਲੈ ਤੇ ਨਹੀਂ ਟੰਗ ਲਏ ਫਿਰ ਉੱਥੇ ਸਿਉਂਦੇ ਨੇ। ਜਿਹੜੀਆਂ ਵੱਡੀਆਂ ਤਹਿਆਂ ਨੇ ਵੀ ਤਾਂ ਉਹ ਉੱਪਰਲੀਆਂ ਨੇ, ਜਿਹੜੀਆਂ ਛੋਟੀਆਂ ਤਹਿਆਂ ਨੇ ਉਹ ਥੱਲੇ ਵਾਲੇ ਨੇ। ਚਲ ਕੋਈ ਨਾ ਟੰਗ ਦੂ। ਚਲੋ ਠੀਕ ਹੈ ਜੀ, ਆਪਾਂ ਅੱਜ ਵਾਲੇ ਵਲੌਗ ਦਾ ਐਂਡ ਇੱਥੇ ਹੀ ਕਰਦੇ ਹਾਂ, ਕੱਲ੍ਹ ਨੂੰ ਨਵੇਂ ਵਲੌਗ ਦੇ ਨਾਲ ਮਿਲਦੇ ਹਾਂ। ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਵੀ ਪਰਮਾਤਮਾ ਤੁਹਾਨੂੰ ਹੱਸਦੇ ਮੁਸਕਰਾਉਂਦੇ ਚੜ੍ਹਦੀ ਕਲਾ ਵਿੱਚ ਰੱਖੇ। ਠੀਕ ਹੈ, ਅਤੇ ਠੀਕ ਹੈ ਜੀ, ਮਿਲਦੇ ਹਾਂ ਫਿਰ ਕੱਲ੍ਹ ਨੂੰ ਨਵੇਂ ਵਲੌਗ ਦੇ ਨਾਲ। ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ, ਮੇਰਾ ਵਸਦਾ ਰਹੇ ਪੰਜਾਬ, ਖੁਸ਼ ਰਹੋ, ਆਬਾਦ ਰਹੋ, ਹੱਸਦੇ ਰਹੋ, ਵਸਦੇ ਰਹੋ। ਬਾਏ।